ਮੈਂ ਤੁਹਾਨੂੰ ਦੇਖੀ ਹੈ, ਤੁਹਾਡੇ ਤੇ ਬੇਨਤੀ ਹੈ, ਕੋਈ ਸਾਰੀ ਸਹਿਮਤੀ ਹੈ, ਬਿਨਾਂ ਸਹਿਮਤੀ ਤੋਂ ਕਿਸੇ ਤੋਂ ਕੰਮ ਨਹੀਂ ਹੋ ਰਿਹਾ। ਚੁੱਕ ਰਹੇ ਆ ਜਿਹੜਾ ਇਕੱਠਾ ਇੱਕਦਮ ਦਰਿਆ ਨੇ ਇਕੱਠਾ ਕਰਕੇ ਛੱਡਿਆ ਵਾ, ਨਾ ਕਿ ਥੱਲੇ ਤੋਂ ਪੱਟ ਰਹੇ ਆ। ਇਹ ਤਾਂ ਮੈਂ ਖੁਦ ਦੇਖ ਰਿਹਾ ਗੱਲ ਸਰ, 25-30 ਫੁੱਟ ਦਰਿਆ ਡੂੰਘਾ, ਇਹ 25 ਇੱਥੇ ਵੀ ਪੁੱਟ ਉੱਚਾ ਗਿਆ, ਸਾਡੀਆਂ ਇਹਨਾਂ ਪੈਲੀਆਂ ਨਾ ਹੁਣ ਦਰਿਆ ਵਿੱਚ ਉੱਚਾ ਵਾ, ਨਹੀਂ ਤਾਂ ਕਿਉਂ ਨੇ ਸੋ ਨੀਵਾ ਜੇ ਸਾਡੇ ਕਰੋਗੇ ਆਪਦੇ ਪੈਸੇ ਖਰਚ ਕੇ, ਸਾਡੇ ਤੋਂ ਹੋਣਾ ਹੀ ਨਹੀਂ। ਮੈਂ ਕਹਿੰਦਾ ਸਾਰੀ ਉਮਰ ਲੱਗੇ ਤਦ ਵੀ ਨੀ ਹੋਣਾ। ਦੇਖੋ ਜਿਹੇ ਬੰਦੀਆਂ, ਆ ਕਣਕ ਡੁੱਬ ਗਈ ਸਾਡੀ, ਰੂਈ ਖਾਲ ਕੇ ਸਾਡੀ ਪਾਣੀ ਕਣਕਾਂ ਡੁੱਬ ਗਈਆਂ, ਜਿਹੇ ਬੰਦੀਆਂ ਉੱਥੇ ਤਾਂ ਅਗੇ ਧਰਨਾ ਨਹੀਂ ਲਾਤਾ ਸਾਰੀਆਂ, ਤੇ ਤੁਹਾਡੇ ਨਾਲ ਮੈਚ ਖੜੋਤੇ ਆ ਅਸਲੀ ਮਰ ਗਈ ਕਣਕੀ ਨਾਲ ਮਰ ਗਈ। ਸਾਡਾ ਇੱਕ ਵੱਡੇ ਸਾਡੇ 80 ਘਰ ਆ ਜੀ, 80 ਚੋਂ 75 ਘਰ ਸਾਡੇ ਨਾਲ ਆ ਬਿਲਕੁਲ, ਵਾਦੇ ਵੀ ਸਾਡਾ ਕੰਮ ਦਾ ਚੱਲਦਾ। ਦੋ ਘਰ ਹੀ ਆ, ਦੋ ਘਰ ਹੀ ਆ ਜਿਹੜੇ ਮਿਲ ਗਏ, ਉਹ ਜਿਹੜੇ 70 ਘਰ ਅਸੀਂ ਸਾਡਾ ਤੇ ਪਸ਼ੂਆਂ ਦਾ ਚਾਰਾ ਖਾ ਜਾਂਦੇ ਰਹੇ ਜਦੋਂ ਪਾਣੀ ਆਇਆ, ਹੁਣ ਇਹਨਾਂ ਨੇ ਸਾਡੀ ਮਦਦ ਕੀਤੀ। ਹੁਣ ਕੋਟ ਵੱਡੇ ਵਾਲੇ ਸਾਡਾ ਉੱਥੋਂ ਜੇ ਚੁੱਕ ਰਾਇਆ, ਇਹਨਾਂ ਨੇ ਉੱਥੇ ਅੱਡੇ ਦੇ ਜਗਾ ਕੇ ਤੇ ਕੋਟ ਵੱਡੇ ਵੱਢਦੇ ਆ, ਸਾਡੇ ਪਿੰਡ ਆਉਣੀ ਨਹੀਂ ਤੇ ਚਾਰਾ ਸਾਡਾ ਮਰਿਆ ਤੇ ਲਵਾਓ ਉੱਥੇ ਉਹ ਦਿੰਦੇ, ਤੇ ਸਾਡਾ ਕੀ ਕਹਿਣਾ ਦੱਸੋ। ਅਸੀਂ ਇੱਕ ਤਾਂ ਅਸੀਂ ਪਾਣੀ ਦੇ ਮਾਰੇ, ਇਹ ਕੁੱਤੋ ਇਹ ਸਾਨੂੰ ਮਾਰੀ ਜਾਂਦੇ, ਅਸੀਂ ਕਿਹੜੇ ਬੰਨੇ ਕਿਹੜੇ ਕੋਈ ਡੁੱਬ ਜਾਂਦੇ, ਭੇਜਿਆ ਕਿ ਉੱਥੇ ਧਰਨਾ ਮਾਈਨਿੰਗ ਹੋ ਰਹੀ ਆ। ਮੈਂ ਆਣ ਕੇ ਦੁਬਾਰਾ ਇੱਥੇ ਚੈੱਕ ਕੀਤਾ, ਫਿਰ ਉੱਪਰ ਉਹਨਾਂ ਕੋਲ ਮਾਈਨਿੰਗ ਵਾਲਿਆਂ ਕੋਲ ਗਿਆ, ਫਿਰ ਉਹ ਦੁਬਾਰਾ ਕਾਗਜ਼ ਪੱਤਰ ਉਹਨਾਂ ਨੇ ਲਿਆਏ, ਕਾਗਜ਼ ਪੱਤਰ ਬਿਲਕੁਲ ਲੀਗਲ ਹੈਗੇ ਆ, ਬਾਕੀ ਜਿਹੜੇ ਪਿੰਡ ਵਾਲੇ ਸਾਰੇ ਸਹਿਮਤ, ਜੱਲੋ ਕੇ ਪਿੰਡ ਵਾਲੇ ਸਾਰੇ ਸਹਿਮਤ ਆ ਕਿ ਅਸੀਂ ਇੱਥੇ ਸਾਨੂੰ ਰੁਜ਼ਗਾਰ ਮਿਲਿਆ ਅਤੇ ਸਾਡਾ ਰੁਜ਼ਗਾਰ ਨਾ ਖੋਇਆ ਜਾਵੇ। ਹਾਂਜੀ, ਫਿਰ ਅਸੀਂ ਇਹਨਾਂ ਨੂੰ ਦੋਵਾਂ ਟਾਈਮ ਸਮਝਾ ਕੇ ਫਿਰ ਅਸੀਂ ਟਾਈਮ ਬੁੱਧਵਾਰ ਦਾ ਰੱਖਿਆ 12 ਵਜੇ ਦਾ, ਪੱਟੀ ਦਾ SDM ਦਫ਼ਤਰ, ਉਹਦੇ ਸਾਰੀ ਗੱਲਬਾਤ ਇਹਨਾਂ ਨੂੰ, ਗਲਤ ਫਹਿਮੀ ਜਿਹੜੀ ਦੂਰ ਕਰ, ਜਿਹੜੇ ਵੇਖੋ ਜੀ ਕਾਗਜ਼ ਪੱਤਰ ਉਹ ਤਾਂ ਅਸੀਂ ਜੈਨੂਅਨ ਬਿਲਕੁਲ ਰਾਈਟ ਆ, ਅਸੀਂ ਉਸ ਚੀਜ਼ ਨੂੰ ਮੰਨਦੇ ਹਾਂ। ਹਾਂਜੀ, ਦੂਰ ਹੋ ਗਈ ਮਾਈਨਿੰਗ ਜੀ, ਬਿਲਕੁਲ ਸਹੀ ਆ ਜੀ, ਸਾਡੇ ਘਰ ਜਿੰਨੇ ਵੀ ਮੁੰਡੇ ਆ ਨਿੱਕੇ ਪੜ੍ਹ ਕੇ ਹਟਿਆ, ਕੋਈ ਪੜ੍ਹਦਾ ਤਾਂ ਵੀ ਉਹ ਨਾਲ ਕੰਮ ਕਰੀ ਜਾਂਦਾ ਜੀ, ਅਸੀਂ ਉਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਇੱਧਰ ਨਾਂ ਰੱਖਦੇ, ਨਾਲੇ ਤੁਹਾਡਾ ਰੋਜ਼ਗਾਰ ਚੱਲੇ, ਉਹਨਾਂ ਨਾਲ ਤੁਸੀਂ ਪੜ੍ਹੇ ਜਾਂਦੇ ਜੀ, ਪਰ ਇਹ ਲੋਕ ਚਾਹੁੰਦੇ ਆ ਵੀ ਇਹ ਵੀ ਨਸ਼ਾ ਵੇਚਣ ਤੇ ਖਾਣ ਤੇ ਸਾਡਾ ਰੋਜ਼ਗਾਰ ਚੱਲੇ, ਤੇ ਸਾਨੂੰ ਵੀ ਪਤਾ ਵੀ ਇਹਨਾਂ ਵਿੱਚ ਕਿੰਨੇ ਨਸ਼ਾ ਕਰਦੇ ਤੇ ਕਿੰਨੇ ਨਹੀਂ ਕਰਦੇ, ਜਿੰਨੇ ਸਾਡੇ ਨਾਲ ਮੁੰਡੇ ਜਾਂਦੇ ਇਹਨਾਂ 'ਚ ਕੋਈ ਨਸ਼ਾ ਨਹੀਂ ਕਰਦਾ, ਹੋਣੇ ਚਾਹੀਦੇ ਜੀ, ਇਹਦੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲਦਾ ਜੀ, ਇਹ ਲੋਕ ਚਾਹੁੰਦੇ ਕਿ ਨਜਾਇਜ਼ ਚੱਲੇ, ਸਾਨੂੰ ਪੈਸੇ ਦੇਣੇ, ਰਾਤ ਰਾਤ ਕੱਢ ਕੇ ਲੈ ਜਾਈਏ, ਇੱਥੇ ਇਹਨਾਂ ਨੂੰ ਪੈਸੇ ਦੇਣੇ ਪੈਂਦੇ ਆ, ਕਵੇ ਇਹਨਾਂ ਦੇ ਵਿੱਚੋਂ ਜਾ ਕੇ ਪੁੱਛ ਲਓ ਵੀ ਕਿੰਨੇ ਜਣੇ ਨਿਆਂ ਮਾਈਨਿੰਗ ਕਰਦੇ ਆ, ਅਸੀਂ ਤਾਂ ਆਪਦੇ ਮੁੰਡੇ ਨਾਲ ਲੈ ਕੇ ਜਾਂਦੇ ਹਾਂ, ਦਿਹਾੜੀ ਕਰਦੇ ਹਾਂ, ਮਾੜਾ ਮੋਟਾ ਉਹਨਾਂ ਦਾ ਖਰਚਾ ਚੱਲੀ ਜਾਂਦਾ। ਹੁਣ ਦੱਸੋ ਵੀ ਜਿਹਨਾਂ ਦੇ ਰੇਤਾ ਪਈ ਆ, ਇਹਨਾਂ ਨੇ ਕਿ ਦੱਸਿਆ ਕਢਾਉਣ ਨੂੰ, ਗੱਲ ਕੀਤੀ ਕਿਸੇ ਨੇ? ਹੁਣ ਇਹ ਇੱਕ ਮਿੰਟ ਤੁਸੀਂ, ਹੁਣ ਜਾ ਕੇ 2-2 ਲੱਖ ਰੁਪਇਆ ਲੱਗਦਾ ਕਿੱਲੇ 'ਤੇ, ਇਹਨਾਂ ਨੇ ਕਦੀ ਸਾਡੇ ਜਿਹੜੇ ਮਾੜਾ ਮੋਟਾ ਸਾਨੂੰ ਹੈਲਪ ਹੋਊਗੀ ਉਹ ਵੀ ਪਿੱਛੇ ਖਾ ਜਾਂਦੇ ਰਹੇ, ਜਿਹੜੇ ਵੱਡੇ ਵੱਡੇ ਜਹੇਦਾਰ ਬਣੇ ਫਿਰਦੇ ਆ, ਇਹ ਸਾਡੀ ਖਾਲ ਵੀ ਖਾ ਜਾਂਦੇ ਡੰਗਰਾਂ ਦੀ। ਜਿਹੜੀ ਇਹ ਜਹੇ ਬੰਦੀਆਂ ਜੇ ਏਡਾ ਕਿਸਾਨਾਂ ਦੇ ਮਹਿਤ ਆ, ਸਾਡੀਆਂ ਕਣਕਾਂ ਡੁੱਬ ਗਈਆਂ, ਇਹਨਾਂ ਨੇ ਕਿੰਨਾ ਕਾਂ ਕੇ ਧਰਨਾ ਲਾ ਕੇ ਆਖਿਆ ਵੀ ਇਹ ਰੂਹੀ ਜਾ ਪਾਣੀ ਘਟਾ ਦੇ। ਤੁਸੀਂ ਵੀ ਕਿਸੇ ਜਥੇਬੰਦੀ ਨਾਲ, ਕਿਸਾਨੀ ਜਥੇਬੰਦੀ ਨਾਲ ਹੈਗੇ ਹਾਂ, ਅਸੀਂ ਹੈਗੇ ਹਾਂ ਜਥੇਬੰਦੀ, ਪਰ ਅਸੀਂ ਇਹੋ ਜਿਹੇ ਧੱਕੇ ਵਾਲੇ ਸਾਂਝ ਨਹੀਂ ਹੈਗੇ, ਅਸੀਂ ਇੰਦਰਜੀਤ ਸਿੰਘ ਕੋਟਵੜੇ ਦੇ ਨਾਲ ਹਾਂ, ਪਰ ਜਦੋਂ ਕੰਮ ਗਲਤ ਹੁੰਦਾ ਉਹ ਨਹੀਂ ਗਏ ਹੈਗੇ, ਜੋ ਸਾਡੇ ਪਿੰਡ ਦਾ ਮਸਲਾ, ਸਾਡਾ ਪਿੰਡ ਸਾਰਾ ਇੱਕ ਥਾਂ ਵਾ, ਇਹ ਕੰਮ ਹੋਣਾ ਚਾਹੀਦਾ ਵਾ, ਲੱਗੇ ਆ ਸਾਡੇ ਗੁਰਦੁਆਰੇ ਦੀ ਸੇਵਾ, ਅਸੀਂ ਕਿਸ ਤਰ੍ਹਾਂ ਪਿੱਛੇ ਹਟ ਜਾਂਦੇ। ਤੁਹਾਨੂੰ ਲੱਗਦਾ ਜਿਸ ਤਰ੍ਹਾਂ ਸਰਕਾਰੀ ਮਾਈਨਿੰਗ ਹੈ, ਜਦ ਗਵਰਨਮੈਂਟ ਦੀ ਆਪਣੀ ਮਾਈਨਿੰਗ ਹੈ, ਹਾਂਜੀ, ਇਸ ਤਰ੍ਹਾਂ ਦੀ ਮਾਈਨਿੰਗ ਦੇ ਨਾਲ ਪਿੰਡਾਂ ਨੂੰ ਰੁਜ਼ਗਾਰ ਮਿਲਦਾ ਤੇ ਤੁਹਾਡਾ ਫਾਇਦਾ ਮਿਲਦਾ? ਮਿਲਦਾ ਰਗਾਏ ਮਿਲਦਾ। ਹੁਣ ਵੇਖੋ ਇੱਥੇ ਸਾਡੇ ਪਿੰਡ ਦੇ ਸਾਰੇ ਮੁੰਡੇ ਲੱਗੇ ਆ, ਜੇ ਉਹਨਾਂ ਨੂੰ ਟਰੈਕਟਰ ਦੀ ਲੋੜ ਹੁੰਦੀ ਆ, ਉਹ ਕਿਰਾਇਆ ਦਿੰਦੇ ਆ, ਵਿਆਹ ਦਿਹਾੜੀ ਦਾ ਕਿਰਾਇਆ ਲਓ ਤੇ ਸਾਡੇ ਟਰੈਕਟਰ ਲਾ ਦਿਓ, ਉਹ ਵੀ ਸਾਰੇ ਪਿੰਡ ਸਾਡੇ ਵਾਰੀ ਨਾਲ ਲਾਉਂਦੇ ਆ, ਇਹ ਨਹੀਂ ਵੀ ਇਕੱਲਾ ਲਾਉਣ ਡਿਆ ਇੱਕ ਦੇ ਬੰਦੇ ਦੇ, ਉਹ ਵਾਰੀ ਨਾਲ ਲਾਉਂਦੇ, ਉਹ ਤੇਲ ਪਾਉਂਦੇ ਦਿਹਾੜੀ ਦਿੰਦੇ ਵੀ ਤੁਸੀਂ ਕਿਰਾਇਆ ਮਾਰੋ ਚਾਹੇ ਇੱਥੇ ਗੱਲ ਆ ਵਾ, ਇਹ ਜੋ ਕੁਝ ਧੱਕਾ ਹੋਣ ਡਿਆ। ਆ ਹੁਣ ਇਹ ਸਪੀਕਰ ਜਿਹੜਾ ਬੋਲਣ ਡਿਆ, ਉਹਨਾਂ ਦੇ ਘਰੇ ਖੜੋਤੇ ਦੋ ਟਰੈਕਟਰ,
ਉਹਨਾਂ ਦੇ ਭਰਾ ਖੁਦ ਕਰਨ ਦਿਆ, ਇਹ ਨਹੀਂ ਵੀ ਨਹੀਂ ਕਰਦੇ। ਜੇ ਅਸੀਂ ਨਾ ਲੈਂਦੇ ਮੁੜ ਕੇ ਆ ਤਾਂ ਇਹ ਫੜਾਉਂਦੇ ਆ, ਗਲਤ ਹੈ ਵਾ, ਮੈਣਕ ਕਰਦੇ ਆ ਕਿਹੜੇ। ਫਿਰ ਦੂਜੀ ਗੱਲ ਆ, ਇਹਦੇ ਵਿੱਚ ਅਸੀਂ ਆਹਨੇ ਆ ਵੀ ਸਾਡੇ ਬੰਦੇ ਆ, ਸਾਨੂੰ ਕੱਢ ਲਓ, ਫੜ ਕੇ ਇੱਥੋਂ ਬਾਹੂ ਕੱਢ ਕੇ ਗੁਰਦੁਆਰੇ ਲੈ ਜਾਂਦੇ ਵੀ ਅਸੀਂ ਮੈਗ ਵੇਚਦੇ ਆ। ਅਤੇ ਨਹੀਂ ਅਸੀਂ ਜਿਹੇ ਬੰਦੀ 'ਚੋਂ ਫੜਦੇ ਹਾਂ ਵੀ ਵਿੱਚੋਂ ਜਿਹੜੇ ਪਾਰ ਦਾ ਹੁਣ ਕਰਨੈਲ ਸਿੰਘ ਆ, ਖੁਦ ਉਹ ਸਮੈਗ ਵੇਚਦਾ, ਉਹ ਜਿਹੇ ਬੰਦੀ ਦਾ ਝੰਡਾ ਲਾਇਆ ਉਹਨੇ ਗਾੜੀ, ਦੋ ਪਰਚੇ ਉਹਦੇ, ਡੂਢ ਕਿੱਲਾ ਪੈਲੀ ਆ, ਉਹਦੀ ਕੋਠੀ ਕਿੱਥੋਂ ਪੈ ਗਈ ਪਈਆਂ ਗੇ। ਜਿਹੇ ਬੰਦੀਆਂ ਨੂੰ ਪਤਾ ਵਾ, ਜਿਹੇ ਬੰਦੀ ਵੀ ਇਹ ਸੋਚਦੀ ਚੱਲ ਭੀੜ ਜਿੰਨੀ ਜ਼ਿਆਦਾ ਉਨੀ ਠੀਕ ਆ, ਅਸੀਂ ਇਸ ਗੱਲ 'ਚ ਨਹੀਂ ਗਏ ਠੀਕ ਆ। ਹਾਂਜੀ, ਮੈਂ ਸਾਬਕਾ ਸਰਪੰਚ ਮਸਤਾਨ ਸਿੰਘ ਪਿੰਡ ਜਲੋਗੀ ਜ਼ਿਲ੍ਹਾ, ਅਤੇ ਸਾਡਾ ਜਿਹੜਾ ਪਿੰਡ ਆ ਸਾਰੇ ਦਾ ਸਾਰਾ ਹੀ ਇੱਕ ਵੱਡੇ ਸਹਿਮਤ ਆ ਪਟਾਉਣ ਦੇ ਵਿੱਚ। ਸਾਡੇ ਘੱਟੋ ਘੱਟ ਵੀ 70-50-60 ਮੁੰਡੇ ਜਿਹੜੇ ਉੱਥੇ ਜਾ ਕੇ ਕੰਮ ਕਰ ਰਹੇ ਆ, ਜਿਹੜੇ ਆਪਦੀ ਰੋਜ਼ੀ ਰੋਟੀ ਕਮਾ ਰਹੇ ਆ। ਦੂਜੀ ਗੱਲ, ਸਾਡੇ ਇੱਥੇ ਹੋਰ ਵੀ ਚਲੋ ਸਾਡੀ ਸੇਵਾ ਗੁਰਦੁਆਰੇ 'ਚ ਵੀ ਲੱਗੀ ਆ, ਉਹ ਵੀ ਉਹਦੇ ਨਾਲ ਵੀ ਸਾਰੇ ਸਹਿਮਤ ਆ। ਇਹ ਆਣ ਕੇ ਸਾਨੂੰ ਦੂਜੇ ਪਿੰਡ ਆਣ ਕੇ ਤੰਗ ਕਰ ਰਹੇ, ਤੰਗ ਪਰੇਸ਼ਾਨ ਕਰ ਰਹੇ ਆ। ਇਹ ਕੋਟਬੁੱਢੇ ਦੇ ਆ ਜੀ, ਇਹ ਜਥੇਬੰਦੀ ਆ ਕੋਈ ਇੰਦਰਜੀਤ ਸਿੰਘ ਕੋਟਬੁੱਢਾ, ਉਹ ਸਾਨੂੰ ਆਣ ਕੇ ਖਰਾਬ ਕਰ ਰਹੇ ਆ, ਜਾਣ ਕੇ ਐਵੇਂ ਅਸੀਂ ਕੀ ਕਰ ਸਕਦੇ ਹਾਂ। ਸਾਡਾ ਇੱਕ ਬੰਨੇ ਦਰਿਆ ਮਾਰ ਜਾਂਦਾ, ਦੂਜੇ ਬੰਨੇ ਸਾਨੂੰ ਇਹ ਆਣ ਕੇ ਖਰਾਬ ਕਰ ਰਹੇ, ਅਸੀਂ ਕਿਹੜੇ ਬੰਨੇ ਜਾਈਏ, ਰੇਤਾ ਸਾਡੀ ਪੈਲੀ ਸਾਰੀ ਜੀ ਪਈ ਆ। ਜਿਹੜੀ ਸਰਕਾਰੀ ਮਾਈਨਿੰਗ ਹੈ ਤੁਹਾਨੂੰ ਲੱਗਦਾ ਕਿ ਹੋਣੀ ਚਾਹੀਦੀ ਇੱਥੇ ਸਰਕਾਰੀ? ਹਾਂਜੀ ਹਾਂਜੀ, ਹੋਣੀ ਚਾਹੀਦੀ ਆ ਜੀ। ਅਸੀਂ ਸਿੱਧੀ ਤਾਂ ਪਟਾਈ ਕਰ ਹੀ ਨਹੀਂ ਸਕਦੇ ਸਰ, ਇਹ ਤਾਂ ਹੁਣ ਇਹਨਾਂ ਨੇ ਠੇਕਾ ਚੁੱਕਿਆ, ਸਰਕਾਰ ਨਾਲ ਕੋਈ ਇਹਨਾਂ ਨੇ ਆਪਦਾ ਕੀਤਾ ਵਾ ਅਤੇ ਇਹਨਾਂ ਤਾਲਮੇਲ ਹੈਗਾ, ਅਸੀਂ ਤਾਂ ਸਰਕਾਰ ਨਾਲ ਅਸੀਂ ਮਾਤੜ ਬੰਦੇ ਕਿੱਥੋਂ ਕਰ ਲਾਂਗੇ, ਇੰਨਾ ਕਰੋੜਾਂ ਰੁਪਈਆ ਕਿੱਥੋਂ ਲਾ ਲਾਂਗੇ? ਤੁਸੀਂ ਦੱਸ ਰਹੇ ਹੋ ਗੱਲ ਜਿਹੜੀ ਗੱਲ ਕਰਦੇ ਬਈ ਪ੍ਰਸ਼ਾਸਨ ਦੇ ਨਾਲ, ਕੁਝ ਇਹਨਾਂ 'ਚ ਲੋਕ ਨੇ ਜਿਹੜੇ ਆਪਣੀ ਵੀ ਮਾਈਨਿੰਗ ਕਰਦੇ ਨੇ? ਹਾਂਜੀ, ਇਹਨਾਂ ਨੇ ਕਰਦੇ ਆ ਜੀ, ਇਹਨਾਂ ਦੇ ਘੱਟੋ ਘੱਟ ਵੀ ਇੱਕ ਘਰ ਦੇ ਚਾਰ ਚਾਰ ਟਰੈਕਟਰ ਜਿਹੜੇ ਮਾਈਨਿੰਗ 6 ਮਹੀਨੇ ਹੋਏ ਕਰਨ ਡਿਆ ਨੂੰ, ਇਹਨਾਂ ਦੇ ਹੁਣ ਅਸੀਂ ਘਰੋਂ ਫੜਾ ਸਕਦੇ ਹਾਂ ਟਰੈਕਟਰਾਂ ਦੇ, ਪਰ ਅਸੀਂ ਫਿਰ ਵੀ ਇਹਨਾਂ ਦੇ ਬਰਖਲਾਫ ਨਹੀਂ ਜਾਂਦੇ, ਜਾਂ ਰੋਟੀ ਮੋਦਾ ਕਮਾਈ ਜਾਵੇ, ਸਾਨੂੰ ਵੀ ਖਾ ਲੈਣ, ਆਪ ਵੀ ਖਾਣ। ਪਰ ਸਾਡੇ ਤੇ ਇੰਨਾ ਜ਼ਿਆਦਾ ਪਰਸੋਂ ਚੌਥ ਤੇ ਲੱਗਣ ਡਿਆ ਵੀ ਗੱਲਾਂ ਛੱਡ, ਹੁਣ ਇਹਨਾਂ ਨੇ ਅੱਜ ਧਰਨਾ ਲਾ ਲਿਆ, ਸਾਡਾ ਕੀ ਕਹਿਣਾ ਦੱਸੋ ਪਹਿਲਾਂ? ਜੇ ਹੁਣ ਰੇਤਾ ਨੂੰ ਅਸੀਂ ਕਿਤੇ ਲੈ ਜਾਈਏ, ਨਾ ਉੱਥੇ ਕਣਕ ਹੋਣੀ, ਨਾ ਕੁਛ ਨਹੀਂ ਹੋਣਾ, ਉੱਥੇ ਸਿਰਫ ਇਹੋ ਰੇਤਾ ਹੀ ਆ ਜੀ ਅਸੀਂ ਚੁਕਾ ਸਕਦੇ ਹਾਂ, ਹੋਰ ਨਹੀਂ ਸਾਡੇ ਕੋਲ ਚਾਰਾ ਹੈਗਾ ਕੋਈ।